بے وطن کھل لے وطن میں اساں حالی بھی اون پوائنٹ تے کان سے پہنچے جتھاں کوکنگ پوائنٹ ہے ساڈا اور جتھاں ون کنے اساں باونے ہیں سٹے کرنے سے حالی بھی اساں نال جلدے پئے ہیں ابو دے اساں او پوائنٹ تے اساں اپنی منزل دی طرف رواں دواں جتھا ون کنے کوکنگ کرنی ہے سارے دوست آباد مل کے بہ کے گپ شپ کرنی ہے
وہ پوائنٹ حالی بھی آگو تے ہے تو کو دکھینے آنے ہیں کہ کتنا مشکل ترین رستے ہیں ਗੁਰਦਾਰ ਵੀ ਸਾਡੇ ਨਾਲ ਮੌਜੂਦ ਹੈ ਸਾਡੇ ਨਾਲ ਹੀ ਰਾਸਨ ਪੂਰੇ ਇਲਾਕੇ ਨਾਲ ਤਾਰੁਫ ਕਰਦੇ ਸਨ ਆਪਣੇ ਕਿਹੜੇ ਕਿਹੜੇ ਮਸਤੇ ਆਬਾਦ ਹੀ ਔਰ ਉਹਨਾਂ ਦਾ ਰੋਜ਼ਗਾਰ ਕਿਆ ਹੈ ਔਰ ਕਿਵੇਂ ਆਪਣੀ ਜ਼ਿੰਦਗੀ ਗੁਜ਼ਰ ਕਰ ਸਕਦੇ ਨੇ ਜੀ ਕੁਕਿੰਗ ਕੀਤੇ ਥੋੜ੍ਹੀ ਲੱਕੜੀ ਵੀ ਆਪ ਇਕੱਠੀ ਕਰਨੀ ਪੈਂਦੀ ਅਗਰ ਤੁਹਾਡੀ ਲੱਕੜੀ ਦਾ ਇੰਤਜ਼ਾਮ ਕਾਨ ਜਿਹਦੇ ਪਵੇ ਦੋਸਤ ਆਪਣੀ ਲੱਕੜੀ ਇਕੱਠੀ ਕੀਤੀ ਦੇ ਪੈਣ ਆਪਣੀ ਕੁਕਿੰਗ ਵਾਸਤੇ ਅਗਰ ਆਪਣੀ ਲੱਕੜੀ ਤੁਸੀਂ ਇਕੱਠੇ ਚਾਹ ਕੇ ਆਉਂਦੇ ਵੇ ਤਾਂ ਬਹੁਤ ਚੰਗੀ ਗੱਲ ਹੈ ਕਿ ਨਹੀਂ ਤਾਂ ਇੱਥੋਂ ਵੀ ਤੁਹਾਨੂੰ ਮਿਲ ਵੈਸੀ ਥੋੜ੍ਹੀ ਮਿਹਨਤ ਕਰਨੀ ਪਸੀ ਤਾਂ ਮੰਨ ਕੇ ਤੁਹਾਨੂੰ ਉਹ ਚੀਜ਼ ਮਿਲ ਸੀ ਅਸਾਂ ਇਹ ਵਕਤ ਵੀਵਰਸ ਉਹ ਪੁਆਇੰਟ 'ਤੇ ਮੌਜੂਦ ਹੈ ਜਿੱਥਾਂ ਪਹਿਲੇ ਅਸਾਂ ਗਰਬਾ ਵਿੱਚ ਆਏ ਹਾਸੇ ਔਰ ਇਹ ਪੁਆਇੰਟ 'ਤੇ ਸਟੇਅ ਕੀਤਾ ਹਾ ਇਹ ਬਿਲਕੁਲ ਐਂਡ ਪੁਆਇੰਟ ਹੈ ਗਰਬਨ ਵਾਲੇ ਇਲਾਕੇ ਦਾ ਉਹਦੇ ਬਾਅਦ ਵਾਲਾ ਕਈ ਦਾ ਇੱਕ ਇਲਾਕਾ ਦੱਸਣ ਪੈਣ ਗੁਲਜ਼ਾਰ ਦੋਸਤ ਜੇ ਕਿ ਉਹ ਸ਼ੁਰੂ ਥੀ ਆਵੇ ਮੈਂ ਆਖਿਰਕਾਰ ਅਸਾਂ ਮੰਜ਼ਲੇ ਮਕਸੂਦ 'ਤੇ ਪਹੁੰਚ ਆਏ ਹਾਂ ਦੋਸਤ ਸਾਡੇ ਕੋਈ 10-12 ਜੂਸ ਦੇ ਡੱਬੇ ਹਨ ਉਹ ਵੀ ਗੁੰਮ ਕੀਤੀ ਇਹ ਸਭ ਦੱਸਦੇ ਵਾਂਗੂ ਅਸਾਂ ਉਹਨੇ ਕਿਹਾ ਕਿ ਕਹੀਂ ਕੋ ਅਗਰ ਮਿਲ ਵਿਜਣ ਡੱਬੇ ਤਾਂ ਸੱਤੇ ਥਾਣੇ ਜਮ੍ਹਾਂ ਕਰਵੇ ਸੋ ਇਹ ਫਿਵਰ ਸਾਰੀ ਕਦੀ ਨਾ ਜਿਹੜੀ ਆਇਓ ਹਨ ਆਪਣੇ ਟ੍ਰਿਪ 'ਤੇ ਇਹ ਖਿਜ਼ਰ ਖਾਂ ਖੜੇ ਖਿਜ਼ਰ ਖਾਂ ਕੁਛ ਰੇਸੂ ਜ਼ਰਾ ਖਿਜ਼ਰ ਖਾਂ ਸਾਹਿਬ ਇੰਟਰੋਡਕਸ਼ਨ ਕਰੇ ਮੈਂ ਵਤਨ ਖੁੱਲੇ ਵਤਨ ਮੈਂ ਪੋਸਦੇ
I'm gonna make it.